ਕਬੀਰ ਪਾਰਕ ਦੇ ਇੱਕ ਪੀਜੀ ਹਾਊਸ ਤੋਂ ਕੁਝ ਕਦਮਾਂ ਦੀ ਹੀ ਦੂਰੀ ਤੇ ਬੀਐਸਸੀ ਦੀ ਵਿਦਿਆਰਥਣ ਪ੍ਰੀਤੀ ਦੀ ਕੁਝ ਲੋਕਾਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਪ੍ਰੀਤੀ ਦੀ ਮਾਂ ਨੇ ਦੱਸਿਆ ਸੀ ਜੋ ਪ੍ਰੀਤੀ ਨੂੰ ਕਿਡਨੈਪ ਕਰਨ ਦੀ ਗੱਲ ਕਰ ਰਿਹਾ ਸੀ। ਫੋਨ ਆਇਆ ਮੈਨੂੰ 3:30 ਵਜੇ ਤੇ ਕੋਈ ਲੜਕਾ ਤੇ ਦੀਨਾਨਗਰ ਤੋਂ ਬੋਲਿਆ, ਉਹਨਾਂ ਦਾ ਐਡਰੈਸ ਰਜਤ ਤੇ ਰਿਸ਼ਭ ਮੋਤੀ ਮਹਿਲ ਦੇ ਲਾਗੇ ਘਰ ਆ ਮਹਾਜਨ। ਉਸ ਤੋਂ ਬਾਅਦ ਮੈਂ ਫਿਰ ਲੜਕੀ ਨੂੰ ਫੋਨ ਕੀਤਾ, ਲੜਕੀ ਕਹਿੰਦੀ ਮੈਂ ਬਿਲਕੁਲ ਪੀਜੀ 'ਚ ਠੀਕ ਠਾਕ ਹਾਂ, ਕੋਈ ਗੱਲ ਨਹੀਂ। ਦੂਜੇ ਪਾਸੇ ਪ੍ਰੀਤੀ ਦੇ ਕਤਲ ਤੋਂ ਬਾਅਦ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਤੇ ਸ਼ੱਕ ਨਹੀਂ ਹੈ। ਸ਼ੱਕ ਤੇ ਕੋਈ ਨਹੀਂ ਹੈਗਾ, ਕੋਈ ਇਹੋ ਜਿਹੀ ਗੱਲ ਹੈ ਨਹੀਂ। ਆਮ ਜਿੱਦਾਂ ਛੁੱਟੀਆਂ ਪੈਂਦੀਆਂ ਸੀ ਪਹਿਲੇ ਦੇਣੀਆਂ, ਅੱਜ ਆਈ ਹੈ 6 ਵਜੇ ਵਾਲੀ ਟ੍ਰੇਨ 'ਚ ਬਿਠਾਇਆ ਅਤੇ ਅੰਮ੍ਰਿਤਸਰ ਆ ਗਈ। ਫਿਰ ਮੈਂ ਸ਼ਾਮੀ ਫੋਨ ਕੀਤਾ, ਦੁਪਹਿਰਾਂ ਨੂੰ ਵੀ ਫੋਨ ਕੀਤਾ ਵੀ ਕਹਿੰਦੀ ਮੈਂ ਪਹੁੰਚ ਗਈ ਹਾਂ, ਡੈਡੀ ਠੀਕ ਠਾਕ ਹਾਂ। ਜਦੋਂ 6:15 ਫੋਨ ਕੀਤਾ ਕਹਿੰਦੀ ਮੈਂ ਪੀਜੀ 'ਚੋਂ ਬਾਹਰ ਨਿਕਲਣ ਲੱਗੀ ਹਾਂ, ਮੈਂ ਦੁੱਧ ਦਾ ਪੈਕਟ ਲੈਣ ਚਲੀ ਗਈ। ਮੈਂ ਦੁੱਧ ਦਾ ਪੈਕਟ ਲੈ ਕੇ ਤੇ ਚੱਲ ਜਾ ਵਾਪਸ। ਫਿਲਹਾਲ ਪੁਲਿਸ ਨੂੰ ਹਜੇ ਤੱਕ ਦੋਸ਼ੀਆਂ ਦੇ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ, ਪਰ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਦੋਸ਼ੀ ਕਦੋਂ ਤੱਕ ਪੁਲਿਸ ਗ੍ਰਿਫਤ ਤੋਂ ਬਾਹਰ ਰਹਿੰਦੇ ਨੇ ਅਤੇ ਪ੍ਰੀਤੀ ਦੇ ਮਾਂ ਪਿਓ ਨੂੰ ਕਦੋਂ ਤੱਕ ਇਨਸਾਫ਼ ਮਿਲਦਾ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ, ਜਗਬਾਣੀ ਟੀਵੀ ਲਈ।